ਗੁੱਡ ਈਵਨਿੰਗ ਐਵਰੀਵਨ। ਸੋ ਸਵਾਗਤ ਹੈ ਤੁਹਾਡਾ ਸਾਡਾ ਯੂਟਿਊਬ ਚੈਨਲ ਪੈਰੀ ਸਟੱਡੀ ਆਨਲਾਈਨ ਤੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਐਕਸਰਸਾਈਜ਼ 1E, ਜਿੰਦੇ ਵਿੱਚ ਆਪਾਂ ਕੀ ਕਰਨਾ, ਐਕਸਪੈਂਡ ਕਰਨਾ। ਠੀਕ ਹੈ, ਕਲਾਸ 6 ਦੀ ਬੁੱਕ ਹੈ, ਬੁੱਕ ਦਾ ਨਾਮ ਹੈ ਮੈਥਸ ਵਿਜ਼ਡਮ। ਵੈਸੇ ਜਿੰਨੀਆਂ ਵੀ ਬੁੱਕਸ ਹੈ, ਚਾਹੇ ਤੁਹਾਡੇ ਕੋਲ ਮੈਥਸ ਮੇਟ ਹੈ, ਚਾਹੇ ਤੁਹਾਡੇ ਕੋਲ ਸਵਾਧਿਆਨ ਹੈ, ਚਾਹੇ ਤੁਹਾਡੇ ਕੋਲ ਕੀ ਐਨਸੀਆਰਟੀ ਦੀ ਬੁੱਕ ਹੈ, ਸਾਰਿਆਂ ਵਿੱਚ ਕਨਸੈਪਟ ਕੀ ਹੁੰਦੇ ਆ, ਸੇਮ ਹੁੰਦੇ ਆ, ਸਿਰਫ ਫਰਕ ਹੁੰਦਾ ਹੈ ਕੁਐਸਚਨਾਂ ਦਾ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪਹਿਲਾ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ। ਕੁਐਸਚਨ ਦੇ ਵਿੱਚ ਕੀ ਕਹਿੰਦਾ, ਸੋਲਵ ਦਾ ਫੋਲੋਇੰਗ ਬਾਈ ਐਕਸਪੈਂਡਿੰਗ। ਐਕਸਪੈਂਡ ਦਾ ਮਤਲਬ ਕੀ ਹੁੰਦਾ, ਧਿਆਨ ਨਾਲ ਸਮਝਿਓ। ਬਿਲਕੁਲ ਸਿੰਪਲ ਜਿਹਾ ਟੌਪਿਕ ਹੈ, ਤੁਹਾਨੂੰ ਬਿਲਕੁਲ ਦੇਸੀ ਲੈਂਗੁਏਜ ਸਿਖਾਵਾਂਗੇ ਤੇ ਮੇਰੀ ਗਰੰਟੀ ਹੈ ਤੁਹਾਨੂੰ ਸਮਝ ਆਏਗਾ ਹੀ ਆਏਗਾ ਮੈਥ। ਠੀਕ ਹੈ, ਮੈਥ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਨਾ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਤੁਹਾਡੇ ਮੈਥ ਦੇ ਡਾਊਟ ਤਾਂ ਜ਼ਰੂਰ ਦੂਰ ਕਰ ਸਕਦੇ ਹਾਂ। ਸੋ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਪਹਿਲਾ ਕੁਐਸਚਨ ਕੀ ਹੈ, ਐਕਸਪੈਂਡ ਕਰਨਾ। ਐਕਸਪੈਂਡ ਦਾ ਮਤਲਬ ਹੁੰਦਾ ਓਪਨ ਕਰਕੇ ਲਿਖਣਾ, ਖੋਲ ਕੇ ਲਿਖਣਾ। ਠੀਕ ਹੈ, ਕਿਸੇ ਵੀ ਚੀਜ਼ ਨੂੰ ਆਪਾਂ ਜਦੋਂ ਤੋੜ ਕੇ ਲਿਖਾਂਗੇ ਨਾ, ਤੋੜਨਾ, ਮੈਥ ਨੂੰ ਤੋੜਨਾ। ਠੀਕ ਹੈ, ਮੈਥ ਨੂੰ ਨੀ ਤੋੜਨਾ ਕਿਤੇ ਚਾਕੂ ਨਾਲ ਤੋੜ ਕੇ ਬਹਿ ਜਾਓ। ਮੈਥ ਨੂੰ ਤੋੜਨ ਦਾ ਮਤਲਬ ਹੁੰਦਾ ਹੈ, ਜਿਵੇਂ ਆਪਣੇ ਕੋਲ 102 ਲਿਖਿਆ, 102 ਲਿਖਿਆ, ਤਾਂ ਆਪਾਂ ਇਹਨੂੰ ਬ੍ਰੇਕ ਕਿਵੇਂ ਕਰ ਸਕਦੇ ਹਾਂ, ਇਹਨੂੰ ਆਪਾਂ ਸਿੰਪਲੀ ਬ੍ਰੇਕ ਕਰ ਸਕਦੇ ਹਾਂ, 100+2 ਦੇ ਵਿੱਚ ਬ੍ਰੇਕ ਕਰ ਸਕਦੇ ਹਾਂ। ਠੀਕ ਹੈ, 102 ਨੂੰ ਆਪਾਂ 100+2 ਦੇ ਵਿੱਚ ਬ੍ਰੇਕ ਕਰ ਸਕਦੇ ਹਾਂ, ਇਸੇ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਐਕਸਪੈਂਡ ਕਹਿੰਦੇ ਹਾਂ। ਠੀਕ ਹੈ, ਐਕਸਪੈਂਡ ਕਰਨਾ ਮਤਲਬ ਬ੍ਰੇਕ ਕਰਕੇ ਲਿਖਣਾ। ਸੋ ਆਪਾਂ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਪਹਿਲੇ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ, ਇਸ ਵੀਡੀਓ ਦੇ ਵਿੱਚ ਆਪਾਂ ਓਨਲੀ ਫਸਟ ਕੁਐਸਚਨ ਡਿਸਕਸ ਕਰਾਂਗੇ। ਜੇਕਰ ਤੁਹਾਨੂੰ ਕੰਟੈਂਟ ਪਸੰਦ ਆਵੇ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ, ਤੁਸੀਂ ਫਿਰ ਅਗਲੇ ਕੁਐਸਚਨ ਵੀ ਮੈਂ ਸੋਲਵ ਕਰਕੇ ਵੀਡੀਓ ਬਣਾ ਕੇ ਅਪਲੋਡ ਕਰ ਦੂੰਗਾ। ਓਕੇ, ਸੋ ਜਿਵੇਂ ਆਪਣੇ ਕੋਲ ਕੀ ਹੈ, ਪਹਿਲੇ ਪਾਰਟ ਦਾ ਪਹਿਲਾ ਕੁਐਸਚਨ ਹੈ, ਸੋਲਵ ਕੀ ਕਰਨਾ, 37 × 105। ਤਾਂ ਸਿੰਪਲ ਜੀ ਗੱਲ ਹੈ, ਤੁਸੀਂ ਕਿਹੜੇ ਨੰਬਰ ਨੂੰ ਈਜ਼ੀਲੀ ਬ੍ਰੇਕ ਕਰ ਸਕਦੇ ਹੋ, ਕਿਹੜੇ ਨੰਬਰ ਨੂੰ ਸੌਖੇ ਤਰੀਕੇ ਨਾਲ ਬ੍ਰੇਕ ਕਰ ਸਕਦੇ ਹੋ। ਆਪਾਂ 105 ਨੂੰ ਕੀ ਹੈ, ਈਜ਼ੀਲੀ ਬ੍ਰੇਕ ਕਰ ਸਕਦੇ ਹਾਂ। 105 ਨੂੰ ਕਿਵੇਂ ਲਿਖਿਆ ਜਾ ਸਕਦਾ ਹੈ, 105 ਨੂੰ ਲਿਖਿਆ ਜਾ ਸਕਦਾ ਹੈ 100+5 ਲਿਖਿਆ ਜਾ ਸਕਦਾ। ਵੈਸੇ 37 ਨੂੰ ਕੀ ਲਿਖੋਗੇ, 30+7 ਵੀ ਲਿਖ ਸਕਦੇ ਹੋ, 40-3 ਵੀ ਲਿਖ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਬਟ 105 ਮੈਨੂੰ ਸੌਖਾ ਲੱਗਾ, ਆਪਾਂ ਇਹਨੂੰ ਕੀ ਲਿਖ ਸਕਦੇ ਹਾਂ, 100+5 ਦੇ ਵਿੱਚ ਬ੍ਰੇਕ ਕਰ ਸਕਦੇ ਹਾਂ। ਸੋ ਕਿਵੇਂ ਲਿਖਾਂਗੇ ਆਪਾਂ ਇਹਨੂੰ, ਆਪਾਂ ਇਹਨੂੰ ਲਿਖਾਂਗੇ 37 × ਦਾ ਮਤਲਬ ਮਲਟੀਪਲਾਈ। ਠੀਕ ਹੈ, 100+5 ਇਹ ਚੀਜ਼ ਦੇ ਵਿੱਚ ਆਪਾਂ ਇਹਨੂੰ ਕੀ ਹੈ, ਬ੍ਰੇਕ ਕਰਤਾ। ਹੁਣ ਬ੍ਰੇਕ ਕਰਤਾ, ਹੁਣ ਕੀ ਕਰਨਾ, ਇੱਕ ਸਿੰਪਲ ਜੀ ਕਹਾਣੀ ਸਮਝਿਓ। ਇਹ ਹੋ ਤੁਸੀਂ, ਠੀਕ ਹੈ, ਯੂ, ਇਹ ਹੈ ਤੁਹਾਡਾ ਮਾਮਾ, ਤੁਹਾਡੇ ਮਾਮਾ ਜੀ, ਇਹ ਤੁਹਾਡੀ ਕੀ ਹੈ, ਮਾਮੀ ਜੀ ਹੈ। ਹੁਣ ਤੁਹਾਡੇ ਮਾਮਾ ਜੀ ਜਾਂ ਤੁਹਾਡੀ ਮਾਮੀ ਜੀ ਜਦੋਂ ਤੁਹਾਡੇ ਘਰੇ ਆਉਂਦੇ ਆ, ਤਾਂ ਪਹਿਲਾ ਕੰਮ ਕੀ ਕਰਦੇ ਹੋ, ਤੁਸੀਂ ਵਿਸ਼ ਕਰਦੇ ਹੋ ਨਾ। ਠੀਕ ਹੈ, ਇਹ ਤਾਂ ਨਹੀਂ ਉਹਦੇ ਨਾਲ ਗੱਲ ਪੈ ਜਾਓਗੇ, ਵਿਸ਼ ਕਰੋਗੇ, ਪਹਿਲਾਂ ਤੁਸੀਂ ਮਾਮਿਆਂ ਜੀ ਨੂੰ, ਮਾਮਾ ਜੀ ਨੂੰ ਵਿਸ਼ ਕਰੋਗੇ, ਉਸ ਤੋਂ ਬਾਅਦ ਕੀ ਹੈ, ਮਾਮੀ ਜੀ ਨੂੰ ਵਿਸ਼ ਕਰੋਗੇ। ਦੇਖੋ, ਮਾਮੀ ਜੀ ਨੂੰ ਵਿਸ਼ ਕਰਨਾ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਨਾਨਕੇ ਜਾਓਗੇ ਫਿਰ ਤੁਹਾਨੂੰ ਪਰੌਂਠੇ ਕਿੰਨੇ ਖਵਾਉਣੇ ਆ, ਮਾਮੀ ਜੀ ਨੇ ਖਵਾਉਣੇ ਆ, ਤੇ ਇਸ ਲਈ ਮਾਮੀ ਜੀ ਨੂੰ ਵਿਸ਼ ਕਰਨਾ ਜ਼ਰੂਰੀ ਹੈ। ਇਹ ਨਹੀਂ ਕਰਨਾ ਸਿਰਫ ਮਾਮਾ ਜੀ ਨੂੰ ਵਿਸ਼ ਕਰਕੇ ਮਾਮੀ ਨੂੰ ਛੱਡਤਾ, ਉਹੀ ਕਨਸੈਪਟ ਆਪਾਂ ਇੱਥੇ ਅਪਲਾਈ ਕਰਾਂਗੇ। ਇਹ ਤੁਸੀਂ, ਇਹ ਤੁਹਾਡੇ ਮਾਮਾ ਜੀ, ਇਹ ਤੁਹਾਡੀ ਮਾਮੀ ਜੀ, ਪਹਿਲਾਂ ਕੀ ਕਰਨਾ, 37 ਨੂੰ ਕੀ ਹੈ, 100 ਨਾਲ ਮਲਟੀਪਲਾਈ ਕਰਨਾ। 37 ਨੂੰ 100 ਨਾਲ ਮਲਟੀਪਲਾਈ ਕਰੋਗੇ, ਕਿੰਨਾ ਆ ਗਿਆ, 37 100। ਸਮਝਾ ਗਈ, 37 ਨੂੰ 100 ਨਾਲ ਮਲਟੀਪਲਾਈ ਕਰਨਾ, 37 × 100 ਕਿੰਨਾ ਆ ਗਿਆ, 3700 ਆ ਗਿਆ। ਜੇ ਤਾਂ ਵਿਚਾਰੇ ਪੋਜ਼ਿਟਿਵ ਦਾ ਸਾਈਨ ਹੈ ਤਾਂ ਪੋਜ਼ਿਟਿਵ ਆਏਗਾ, ਨੈਗੇਟਿਵ ਦਾ ਸਾਈਨ ਹੈ ਤਾਂ ਨੈਗੇਟਿਵ ਆਏਗਾ। ਹੁਣ ਕੀ ਕਰਨਾ, 37 ਨੂੰ ਤੁਸੀਂ 5 ਨਾਲ ਮਲਟੀਪਲਾਈ ਕਰਨਾ। ਪਹਿਲਾਂ 37 ਨੂੰ 100 ਨਾਲ ਕੀਤਾ, ਮੈਂ ਤੁਹਾਨੂੰ ਹੁਣੇ ਸਟੋਰੀ ਸੁਣਾਈ ਹੈ, ਕਿਹੜੀ ਸਟੋਰੀ, ਮਾਮਾ ਤੇ ਤੁਹਾਡੀ ਤੇ ਮਾਮੀ ਵਾਲੀ। ਠੀਕ ਹੈ, ਤੁਸੀਂ ਮਾਮਾ ਜੀ ਨੂੰ ਵਿਸ਼ ਕਰ ਚੁੱਕੇ ਹੋ, ਮਤਲਬ 37 ਨੂੰ 100 ਨਾਲ ਮਲਟੀਪਲਾਈ ਕਰ ਚੁੱਕੇ ਹੋ, ਹੁਣ ਕਿੰਦੀ ਵਾਰੀ ਹੈ, ਮਾਮੀ ਜੀ ਦੀ। ਸੋ 37 ਨੂੰ
5 ਨਾਲ ਮਲਟੀਪਲਾਈ ਕਰੋਗੇ ਤਾਂ ਕਿੰਨਾ ਆ ਗਿਆ 185 ਆ ਗਿਆ। ਠੀਕ ਹੈ, ਕਿਸੇ ਵੀ ਨੰਬਰ ਨੂੰ 5 ਨਾਲ ਮਲਟੀਪਲਾਈ ਕਰਨਾ ਹੈ, ਨੰਬਰ ਦਾ ਹਾਫ ਕਰੋ, ਡੈਸੀਮਲ ਨੂੰ ਇੱਕ ਕੀ ਕਰ ਦੋ, ਸ਼ਿਫਟ ਕਰ ਦੋ। ਜਿਵੇਂ ਕਿ ਆ 37 ਦਾ ਜੇ ਆਪਾਂ ਹਾਫ ਕਰੀਏ, 37 ਦਾ ਹਾਫ ਕਿੰਨਾ ਹੁੰਦਾ ਹੈ 18.5। ਮੈਂ ਕੀ ਕਿਹਾ, ਨੰਬਰ ਦਾ ਹਾਫ ਕਰੋ, ਜਿਹੜਾ ਡੈਸੀਮਲ ਆਏਗਾ ਉਹਨੂੰ ਸ਼ਿਫਟ ਕਰ ਦੋ, ਤਾਂ ਇਹ ਕੀ ਬਣ ਗਿਆ 185. ਠੀਕ ਹੈ, ਤਾਂ ਡੈਸੀਮਲ ਨੂੰ ਆਪਾਂ ਹਟਾ ਵੀ ਸਕਦੇ ਹਾਂ ਤਾਂ ਕਿੰਨਾ ਬਣ ਗਿਆ 185 ਬਚ ਗਿਆ। ਠੀਕ ਹੈ, ਪਹਿਲਾਂ 37 ਨੂੰ 100 ਨਾਲ ਮਲਟੀਪਲਾਈ ਕੀਤਾ 3700 ਆ ਗਿਆ, 5 × 37 ਕਿੰਨਾ ਆ ਗਿਆ 185। ਹੁਣ ਜਸਟ ਕੀ ਕਰਨਾ ਤੁਸੀਂ, ਐਡ ਕਰਨਾ 0+5 5, 0+8 8, 1+7 8, ਤੇ ਉਸ ਤੋਂ ਬਾਅਦ ਕੀ ਆ ਗਿਆ 3। ਸੋ ਦੈਟ ਇਜ਼ ਦਾ ਆਨਸਰ। ਇਸੇ ਚੀਜ਼ ਨੂੰ ਕੀ ਕਹਿੰਦੇ ਆ, ਐਕਸਪੈਂਡ ਕਰਕੇ ਲਿਖਣਾ। ਵੈਸੇ ਤੁਸੀਂ ਮਲਟੀਪਲਾਈ ਡਾਇਰੈਕਟ ਵੀ ਕਰ ਸਕਦੇ ਹੋ, ਬਟ ਕੁਐਸਚਨ ਦੇ ਵਿੱਚ ਉਹਨੇ ਲਿਖਤਾ ਐਕਸਪੈਂਡ ਕਰੋ, ਆਪਾਂ ਨੂੰ ਕੁਐਸਚਨ ਦੇ ਅਕੋਰਡਿੰਗ ਕਰਨਾ ਪਏਗਾ। ਜੇਕਰ ਆਪਾਂ ਡਾਇਰੈਕਟ ਮਲਟੀਪਲਾਈ ਕਰਾਂਗੇ ਤਾਂ ਆਪਾਂ ਨੂੰ ਫੁੱਲ ਮਾਰਕਸ ਨਹੀਂ ਦਿੱਤੇ ਜਾਣਗੇ। ਤਾਂ ਤੁਸੀਂ ਕੀ ਕਰਨਾ ਹੈ, 105 ਨੂੰ ਪਹਿਲਾਂ ਬ੍ਰੇਕ ਕਰੋਗੇ, ਉਸ ਤੋਂ ਬਾਅਦ ਮਾਮਾ ਜੀ ਤੇ ਮਾਮੀ ਜੀ ਵਾਲੀ ਕਹਾਣੀ ਨੂੰ ਕੀ ਹੈ ਯਾਦ ਰੱਖੋ। ਸਮਝ ਆ ਗਿਆ? ਚਲੋ ਹੁਣ ਆਪਾਂ ਕਰਦੇ ਹਾਂ ਕੁਐਸਚਨ ਨੰਬਰ 2। ਠੀਕ ਹੈ, ਕਨਸੈਪਟ ਸਾਰਿਆਂ ਦੇ ਉੱਪਰ ਸੇਮ ਲੱਗੇਗਾ, ਗੱਲ ਹੈ ਤੁਹਾਨੂੰ ਕਰਨਾ ਆਉਣਾ ਚਾਹੀਦਾ, ਕਰਨਾ ਕਿਵੇਂ ਹੈ। ਠੀਕ ਹੈ, ਕਹਾਣੀਆਂ ਯਾਦ ਰੱਖਿਆ ਕਰੋ। ਮੈਥ ਕੀ ਹੈ, ਸਟੋਰੀ ਟੈਲਿੰਗ ਮੈਥਡ ਨਾਲ ਬੈਸਟ ਤਰੀਕੇ ਨਾਲ ਤੁਸੀਂ ਸਿੱਖ ਸਕਦੇ ਹੋ। ਜਿੱਦਾਂ ਮੈਥ ਦੇ ਵਿੱਚ ਨਾ ਫਾਰਮੂਲੇ ਵਿੱਚ ਜਾਓਗੇ, ਠੀਕ ਹੈ, ਉਲਝ ਵੀ ਸਕਦੇ ਹੋ। ਸਟੋਰੀ ਯਾਦ ਰੱਖਿਆ ਕਰੋ, ਰਿਲੇਟ ਕਰਿਆ ਕਰੋ, ਹਮੇਸ਼ਾ ਮੈਥ ਨੂੰ ਰਿਲੇਟ ਕਰਿਆ ਕਰੋ ਡੇਲੀ ਲਾਈਫ ਨਾਲ, ਆਪਦੀ ਰੋਜ਼ਾਨਾ ਜ਼ਿੰਦਗੀ ਨਾਲ। ਜਦੋਂ ਮੈਥ ਨੂੰ ਰਿਲੇਟ ਕਰੋਗੇ ਨਾ ਤਾਂ ਤੁਹਾਨੂੰ ਗਰੰਟੀ ਹੈ ਮੈਥ ਆਏਗਾ ਹੀ ਆਏਗਾ। ਓਕੇ, ਜਿਵੇਂ ਅਗਲਾ ਕੁਐਸਚਨ ਕੀ ਹੈ, 97 ਮਲਟੀਪਲਾਈ ਬਾਏ ਕੀ ਆ ਗਿਆ 23 ਆ ਗਿਆ। 97 ਮਲਟੀਪਲਾਈ ਬਾਏ 23 ਆ ਗਿਆ। ਹੁਣ ਆਪਾਂ ਕੀ ਕਰਨਾ, ਧਿਆਨ ਨਾਲ ਸੁਣੋ ਮੇਰੀ ਗੱਲ, ਕਰਨਾ ਕਿਵੇਂ ਆ। ਤੁਸੀਂ ਦੋਵਾਂ ਨੰਬਰ ਨੂੰ ਕਿਸੇ ਨੂੰ ਮਰਜ਼ੀ ਬ੍ਰੇਕ ਕਰ ਸਕਦੇ, ਮੈਂ ਪਹਿਲਾਂ ਵੀ ਕਿਹਾ ਸੀ, ਚਾਹੇ ਪਹਿਲੇ ਨੂੰ ਬ੍ਰੇਕ ਕਰ ਲਓ, ਚਾਹੇ ਤੁਸੀਂ ਦੂਜੇ ਨੂੰ ਬ੍ਰੇਕ ਕਰ ਲਓ। ਤਾਂ ਆਪਾਂ ਕਿਹਨੂੰ ਬ੍ਰੇਕ ਕਰਾਂਗੇ, ਆਪਾਂ 97 ਨੂੰ ਬ੍ਰੇਕ ਕਰਾਂਗੇ। ਤਾਂ ਆਪਾਂ ਇੱਕ ਛੋਟਾ ਜਿਹਾ ਕੰਮ ਕਰਦੇ ਹਾਂ, 23 ਨੂੰ ਅੱਗੇ ਲਿਖਾਂਗੇ, 97 ਨੂੰ ਆਪਾਂ ਪਿੱਛੇ ਲਿਖਾਂਗੇ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਮਲਟੀਪਲਾਈ ਚ ਅੱਗੇ ਪਿੱਛੇ ਕੋਈ ਫਰਕ ਨਹੀਂ ਪਏਗਾ, ਅੱਗੇ ਵੱਲ ਨੂੰ ਪਿੱਛੇ ਕਰਤਾ, ਪਿੱਛੇ ਵਾਲੇ ਨੂੰ ਅੱਗੇ ਕਰਤਾ। ਹੁਣ 97 ਨੂੰ ਕੀ ਲਿਖ ਸਕਦੇ ਹਾਂ, ਵੈਸੇ ਤਾਂ 90+7 ਵੀ ਲਿਖ ਸਕਦੇ ਹੋ, 90+7 ਵੀ ਲਿਖ ਸਕਦੇ ਹੋ, ਬਟ ਥੋੜਾ ਜਿਹਾ ਔਖਾ ਹੋ ਜਾਏਗਾ। ਆਪਾਂ ਇਹਨੂੰ ਕੀ ਲਿਖਾਂਗੇ, 97 ਨੂੰ ਆਪਾਂ ਲਿਖਾਂਗੇ 100-3 ਲਿਖਾਂਗੇ। 97 ਨੂੰ ਕੀ ਲਿਖਾਂਗੇ, 100-3 ਲਿਖਾਂਗੇ, ਕਿਉਂਕਿ ਇਹ ਕੰਮ ਕੀ ਹੈ, ਸੌਖਾ ਹੈ। ਕਿਸੇ ਵੀ ਨੰਬਰ ਨੂੰ 100 ਨਾਲ ਮਲਟੀਪਲਾਈ ਕਰਨਾ ਬਹੁਤ ਸਿੰਪਲ ਹੈ, ਪਿੱਛੇ 2 ਜ਼ੀਰੋ ਲਾ ਦੋ, ਬਸ ਗੱਲ ਕਰਨਾ। ਠੀਕ ਹੈ, ਹੁਣ ਪਹਿਲਾਂ ਹੀ ਕਰਨਾ ਹੈ, ਇਹ ਤੁਸੀਂ ਹੋ, ਇਹ ਮਾਮਾ ਜੀ ਹੈ, ਇਹ ਮਾਮੀ ਜੀ ਹੈ। ਸੋ ਪਹਿਲਾਂ ਕੀ ਕਰਨਾ ਹੈ, 23 × 100 ਤਾਂ ਕਿੰਨਾ ਬਣ ਗਿਆ, 2300 ਬਣ ਗਿਆ। ਠੀਕ ਹੈ, ਕਿੰਨਾ ਬਣ ਗਿਆ, 2300। ਮੈਂ ਕਿਹਾ ਸੀ ਕਿਸੇ ਵੀ ਨੰਬਰ ਨੂੰ 100 ਨਾਲ ਜਦੋਂ ਮਲਟੀਪਲਾਈ ਕਰਨਾ ਹੈ, ਪਿੱਛੇ 2 ਜ਼ੀਰੋ ਲਾ ਦੋ, ਬਸ ਨੰਬਰ ਦੀ ਗੱਲ ਕਰਦਾ। ਓਕੇ, ਹੁਣ ਕਾਹਦਾ ਸਾਈਨ ਆ ਗਿਆ, ਮਾਈਨਸ ਦਾ। ਚਲੋ ਜੀ, ਮਾਈਨਸ ਆ ਗਿਆ। ਉਸ ਤੋਂ ਬਾਅਦ ਚਲੋ ਮਾਮੀ ਜੀ ਕੋਲ, 23 × 3 ਕਿੰਨਾ ਹੋ ਗਿਆ, 69 ਹੋ ਗਿਆ। ਪਹਿਲਾਂ 23 ਨੂੰ 100 ਨਾਲ ਕੀਤਾ, 2300, ਵਿਚਾਲੇ ਮਾਈਨਸ ਦਾ ਸਾਈਨ, 23 × 100 ਕਿੰਨਾ ਹੋ ਗਿਆ, 69। ਹੁਣ ਆਪਾਂ ਇਹਨੂੰ ਕੀ ਕਰਨਾ, ਮਾਈਨਸ ਕਰਨਾ। ਜਦੋਂ ਮਾਈਨਸ ਕਰਾਂਗੇ ਆਪਣੇ ਕੋਲ ਆਨਸਰ ਕਿੰਨਾ ਆ ਗਿਆ, 2231, ਦੈਟ ਇਜ਼ ਦਾ ਆਨਸਰ। ਸਮਝ ਆ ਗਈ, ਜਦੋਂ ਮਾਈਨਸ ਕਰੋਗੇ ਨਾ ਤੁਹਾਡੇ ਕੋਲ 2231 ਕੀ ਆ ਗਿਆ, ਆਨਸਰ ਆ। ਮੈਨੂੰ ਉਮੀਦ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿਵੇਂ ਕਰਨਾ। ਚਲੋ ਇੱਕ ਹੋਰ ਕੁਐਸਚਨ ਕਰਦੇ ਹਾਂ ਆਪਾਂ, ਨੈਕਸਟ ਪਾਰਟ ਕੀ ਕਹਿ ਰਿਹਾ। ਠੀਕ ਹੈ, ਨੈਕਸਟ ਪਾਰਟ ਆਪਾਂ ਨੂੰ ਕੀ ਕਹਿ ਰਿਹਾ, ਧਿਆਨ ਨਾਲ ਸਮਝਿਓ, ਰਫ ਨਹੀਂ ਹੋ ਰਿਹਾ।
ਅਗਲਾ ਕੁਐਸਚਨ ਕੀ ਹੈ, ਬਿਲਕੁਲ ਸਿੰਪਲ ਜੇ ਕੁਐਸਚਨ ਹੈ, ਚਾਰ ਕੁਐਸਚਨ ਹੈ ਪਹਿਲੇ ਪਾਰਟ ਦੇ, ਚਾਰੇ ਆਪਾਂ ਖਤਮ ਕਰਾਂਗੇ ਉਸ ਤੋਂ ਅਗਲੀ ਵੀਡੀਓ ਦੇ ਵਿੱਚ। ਜੇ ਤੁਹਾਨੂੰ ਇਹ ਵਾਲੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਥੱਲੇ ਕਰ ਸਕਦੇ ਹੋ, ਫਿਰ ਮੈਂ ਅਗਲਾ ਪਾਰਟ ਵੀ ਇਹਦਾ ਬਣਾ ਦੂੰਗਾ। ਓਕੇ, ਅਗਲਾ ਕੁਐਸਚਨ ਕੀ ਹੈ, 250 ਮਲਟੀਪਲਾਈ ਬਾਏ 107, ਇਹ ਚੀਜ਼ ਆ ਗਈ। ਹੁਣ ਫਿਰ ਤੁਹਾਡੀ ਮਰਜ਼ੀ ਹੈ, ਕਿੰਨੂੰ ਮਰਜ਼ੀ ਬ੍ਰੇਕ ਕਰ ਲਓ। ਚਲੋ 107 ਸੌਖਾ ਹੋ ਜਾਏਗਾ, ਇਹਨੂੰ ਆਪਾਂ ਬ੍ਰੇਕ ਕਰਦੇ ਹਾਂ। ਸੋ ਕੀ ਲਿਖੋਗੇ, 250 ਮਲਟੀਪਲਾਈ ਕੀ ਆ ਗਿਆ, 107 ਨੂੰ ਕੀ ਲਿਖੋਗੇ, 100+7 ਲਿਖ ਸਕਦੇ। 107 ਨੂੰ ਕੀ ਲਿਖਾਂਗੇ, 100+7, 100 ਦੇ ਨੇੜੇ ਤੇੜੇ ਸੌਖਾ ਬਣ ਜਾਂਦਾ। ਮੈਂ ਹੁਣੇ ਕਿਹਾ ਸੀ ਕਿਸੇ ਵੀ ਨੰਬਰ ਨੂੰ 100 ਨਾਲ ਮਲਟੀਪਲਾਈ ਕਰਨੀ ਹੈ, ਪਿੱਛੇ ਡਬਲ ਜ਼ੀਰੋ ਲਗਾ ਦੋ ਬਸ, ਠੀਕ ਹੈ। ਸੋ ਪਹਿਲਾਂ ਕੀ ਕਰਾਂਗੇ, 250 ਨੂੰ 100 ਨਾਲ ਕਰਾਂਗੇ। ਸੋ 250 ਨੂੰ 100 ਨਾਲ ਕੀਤਾ, ਕਿੰਨਾ ਬਣ ਗਿਆ, 250, ਤੇ ਪਿੱਛੇ ਕੀ ਲੱਗੇਗੀ, ਡਬਲ ਜ਼ੀਰੋ। ਹੁਣੇ ਦੱਸਿਆ ਸੀਗਾ ਕਿਸੇ ਵੀ ਨੰਬਰ ਨੂੰ 100 ਨਾਲ ਮਲਟੀਪਲਾਈ ਕਰਨਾ ਹੈ, ਨੰਬਰ ਦੇ ਪਿੱਛੇ ਡਬਲ ਜ਼ੀਰੋ ਲਗਾ ਸਕਦੇ ਹੋ। ਹੁਣ ਕੀ ਕਰਾਂਗੇ, 250 ਨੂੰ ਆਪਾਂ 7 ਨਾਲ ਕਰਾਂਗੇ, 25 × 7 ਹੁੰਦਾ 175, ਤੇ ਪਿੱਛੇ ਕੀ ਆ ਗਈ, ਇੱਕ ਜ਼ੀਰੋ ਆ ਗਈ। ਦੇਖੋ ਮੈਥ ਲਈ ਕੀ ਹੁੰਦਾ, ਟੇਬਲ ਜ਼ਰੂਰੀ ਹੈ। ਮੈਥ ਵਾਸਤੇ ਸਭ ਤੋਂ ਬੈਸਟ ਚੀਜ਼ ਕੀ ਹੁੰਦੀ ਹੈ, ਟੇਬਲ। ਜੇਕਰ ਤੁਹਾਨੂੰ ਟੇਬਲ ਕਲੀਅਰ ਹੈ ਨਾ, ਤੁਸੀਂ ਆਰਾਮ ਨਾਲ ਮੈਥ ਕਰ ਸਕਦੇ। ਓਕੇ, ਸੋ ਹੁਣ ਆਪਾਂ ਕੀ ਕਰਨਾ, ਸਿੰਪਲ ਜਿਹਾ ਐਡੀਸ਼ਨ ਕਰਨੀ ਹੈ। ਐਡੀਸ਼ਨ ਕਿਵੇਂ ਹੋਏਗੀ, 0+0 0, 0+5 ਕਿੰਨਾ ਹੋ ਗਿਆ 5, 0+7 ਕਿੰਨਾ ਹੋ ਗਿਆ 7, 25 ਤੇ 1 ਕਿੰਨਾ ਹੋ ਗਿਆ 26, ਸੋ ਦੈਟ ਇਜ਼ ਦਾ ਆਨਸਰ। 26,750 ਆਪਣੇ ਕੋਲ ਆਨਸਰ ਆ। ਇਜ਼ ਇਟ ਕਲੀਅਰ, 26,750 ਆਪਣੇ ਕੋਲ ਆਨਸਰ ਆ। ਤੁਸੀਂ ਕੀ ਕਰਨਾ, ਸਿੰਪਲ ਜਿਹਾ ਕੰਮ ਕਰਨਾ, ਪਹਿਲਾਂ ਬ੍ਰੇਕ ਕਰਨਾ, ਫਿਰ ਇੱਕ ਕਹਾਣੀ ਯਾਦ ਰੱਖਣੀ। ਓਕੇ, ਚਲੋ ਲਾਸਟ ਪਾਰਟ ਕਰਦੇ ਹਾਂ। ਦਾ ਲਾਸਟ ਪਾਰਟ ਕੀ ਕਹਿ ਰਹੇ ਹੈ, ਲਾਸਟ ਪਾਰਟ ਵੀ ਬਿਲਕੁਲ ਸਿੰਪਲ ਜਿਹਾ। ਲਾਸਟ ਪਾਰਟ ਦੇ ਵਿੱਚ ਆਪਣੇ ਕੋਲ ਹੈ 64 × 109। ਆਪਾਂ 64 ਨੂੰ 109 ਨਾਲ ਮਲਟੀਪਲਾਈ ਕਰਨਾ, ਆਨਸਰ ਕਿੰਨਾ ਆਏਗਾ, 64 × 109। ਸੋ ਕਰਾਂਗੇ ਕਿਵੇਂ, ਧਿਆਨ ਨਾਲ ਸਮਝਿਓ। ਆਪਾਂ 109 ਨੂੰ ਬ੍ਰੇਕ ਕਰਾਂਗੇ, 109 ਨੂੰ ਕੀ ਲਿਖ ਸਕਦੇ ਹਾਂ, 100+9 ਲਿਖ ਸਕਦੇ ਵਿਚਾਲੇ ਕਾਹਦਾ ਸਾਈਨ ਹੈ, ਪਲੱਸ ਦਾ। ਵਿਚਾਲੇ ਕਾਹਦਾ ਸਾਈਨ ਹੈ, ਪਲੱਸ ਦਾ, ਤਾਂ ਪਲੱਸ ਆਏਗਾ, ਮਾਈਨਸ ਹੈ ਤਾਂ ਮਾਈਨਸ ਆਏਗਾ। 64 ਨੂੰ 9 ਨਾਲ ਕਰੋ, 9 × 4 ਜਾ ਕਿੰਨਾ ਹੋ ਗਿਆ, 36। ਉਸ ਤੋਂ ਬਾਅਦ ਕਿੰਨਾ ਬਣ ਗਿਆ, 576 ਬਣ ਗਿਆ, ਠੀਕ ਹੈ। ਕਿੰਨਾ ਬਣ ਗਿਆ, 576 ਬਣ ਗਿਆ। ਦੇਖੋ 4 × 9 ਹੁੰਦਾ 36, 6 ਆ ਗਿਆ, 3 ਕੈਰੀ ਆ ਗਿਆ, 6 × 9 = 54, +3 ਕੈਰੀ ਕਿੰਨਾ ਹੋ ਗਿਆ, 576 ਹੋ ਗਿਆ। ਤੇ ਲਾਸਟ ਸਟੈਪ ਚ ਕੀ ਕਰਨਾ, ਸਿੰਪਲ ਜੀ ਐਡੀਸ਼ਨ, ਕਿੰਨਾ ਆ ਗਿਆ, 6, 7, 9 ਤੇ 6 ਆ ਗਿਆ, 6976 ਆਪਣੇ ਕੋਲ ਕੀ ਆ ਗਿਆ, ਕਰੈਕਟ ਆਨਸਰ, ਠੀਕ ਹੈ। ਕੰਮ ਕੀ ਕਰਨਾ, ਬ੍ਰੇਕ ਕਰੋ ਤੇ ਕਹਾਣੀ ਯਾਦ ਰੱਖੋ। ਇਹੀ ਆਪਣਾ ਕੀ ਹੈ, ਟੌਪਿਕ ਦਾ ਖਾਤਮਾ ਹੋ ਗਿਆ। ਸੋ ਪਹਿਲਾ ਕੁਐਸਚਨ ਆਪਾਂ ਕੀ ਹੈ, ਇਸਦਾ ਕੰਪਲੀਟ ਕਰ ਚੁੱਕੇ ਹਾਂ। ਅਗਲੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ। ਫਿਰ ਆਪਾਂ ਕੀ ਹੈ, ਅਗਲੀ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਆਪਾਂ ਸੈਕਿੰਡ ਪਾਰਟ ਨੂੰ ਸੋਲਵ ਕਰਾਂਗੇ। ਸੋ ਟਿਲ ਦੈਨ, ਥੈਂਕ ਯੂ ਵੈਰੀ ਮੱਚ ਐਂਡ ਟੇਕ ਕੇਅਰ।